جيني پیا اللہ پاک سکھ دے تے رب تیری عزت مال دے تے ماشاءاللہ پڑھ دو میرا ਕਾਤ ਬਾਦ ਵਾਲਾ ਜਿਹੜਾ ਨਾ ਯਕੀਨ ਬੋਲਦੇ ਨੇ ਮੁਬਾਰਕੀ ਖਾਣਾ ਆ ਗਿਆ ਨਮਕੀਨ ਚਾਵਲ ਨੇ ਮਿੱਠੇ ਚਾਵਲ ਨੇ ਨਾਲ ਮੁਰਗੇ ਦਾ ਕੋਈ ਵਾਲੇਕੁਮ ਰਹਿਮਤੁਲਲਾਹ ਬਰਕਾਤੋ ਹਾਂਜੀ ਤੁਹਾਨੂੰ ਫਿਰ ਕਿਵੇਂ ਉਮੀਦ ਕਰਨੇ ਕਿ ਸਾਰੇ ਖੈਰ ਖਰੀਅਤ ਨਾਲ ਹੋਗੇ ਮੈਂ ਮੁਦੰਮਲ ਸੈਨ ਤੁਸੀਂ ਦੇਖਦੇ ਪਏ YouTube ਚੈਨਲ ਮੁਨਸ਼ੀ ਮੁਦੰਮਲ ਸੈਨ ਤੋਂ ਮਾਸ਼ਾਅੱਲਾ ਅੱਜ ਦਾ ਵੀਲੌਗ ਸਟਾਰਟ ਕਰਦੇ ਪਏ ਸਵੇਰ ਸਵੇਰ ਦਾ ਟਾਈਮ ਹੈ ਤੇ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਸਾਡੇ ਨਾ ਚਾਚੇ ਦੇ ਮੁੰਡੇ ਦੀ ਅਗੀ ਸ਼ਾਦੀ ਲੇਕਿਨ ਮਹਿੰਦੀ ਤੇ ਅਡਾ ਉਹਨਾਂ ਨੇ ਸ਼ੋਰ ਸ਼ਰਾਬਾ ਨਹੀਂ ਸੀ ਕੀਤਾ ਹੋਇਆ ਤੇ ਉਹ ਫਿਰ ਮੈਂ ਨਾ ਘੱਟ ਹੀ ਵੀਡੀਓ ਬਣਾਈ ਹੈਗੀ ਸੀ ਬਸ ਘਰ ਘਰ ਹੀ ਉਹਨਾਂ ਕੀਤੀ ਸੀ ਤੇ ਹੁਣ ਹੈਗੀ ਉਹਦੀ ਬਰਾਤ ਤੇ ਬਰਾਤ ਦਾ ਟਾਈਮ ਹੈ ਤਕਰੀਬਨ 10 ਵਜੇ ਦਾ ਤੇ ਹੁਣ ਮੈਂ ਨਿਕਲਦਾ ਪਿਆ ਘਰੋਂ ਤਿਆਰੀ ਸ਼ਿਆਰੀ ਕਰਕੇ ਚਾਚੇ ਕੇ ਵੀ ਮਗਰੋਂ ਉਹਨਾਂ ਵੀ ਆਉਣਾ ਸਾਡੇ ਘਰ 'ਚੋਂ ਮੈਂ ਬਸ ਇਕੱਲੇ ਨੇ ਬਰਾਤ ਨਾਲ ਜਾਣਾ ਵੇ ਅਤੇ ਨਾਲ ਮੇਰੇ ਕੋਲ ਕੀ ਇਸ ਟਾਈਮ ਇੱਕ ਮਾਲਾ ਮੌਜੂਦ ਹੈ ਹਾਰ ਮੌਜੂਦ ਹੈ ਹੁਣ ਜਾਣਾ ਸਿੱਧਾ ਸਿੱਧਾ ਸ਼ਹਿਰ ਉੱਥੋਂ ਜਾ ਕੇ ਲੈਣਾ ਵੇ ਮਿਠਾਈ ਦਾ ਡੱਬਾ ਉਹ ਲੈ ਕੇ ਉਸ ਤੋਂ ਬਾਅਦ ਫਿਰ ਸਿੱਧਾ ਜਾਵਾਂਗੇ ਉਹਨਾਂ ਦੇ ਘਰ ਘਰ ਚੱਲ ਕੇ ਫਿਰ ਇਨਸ਼ਾਅੱਲਾ ਅੱਜ ਦੇ ਬਰਾਤ ਦਾ ਜਿਤਨਾ ਰੁਟੀਨ ਹੋਇਆ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰਾਂਗੇ ਜਿਹਨਾਂ ਦੋਸਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਮਾਰ ਲਓ ਕਿਉਂਕਿ ਅਗਲੀ ਵੀ ਆਉਣ ਵਾਲੀ ਅੱਜ ਦੀ ਵੀ ਅੱਗੇ ਜਿਤਨੀਆਂ ਵੀਡੀਓ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਜੁੜੇ ਰਹਿ ਜਾ ਅੱਜ ਦੀ ਵੀਡੀਓ ਦੇ ਨਾਲ ਨਾਲ ਚੱਲਦੇ ਪਏ ਹੁਣ ਪਹਿਲਾਂ ਇੱਕ ਵਾਰੀ ਸ਼ਹਿਰ ਸ਼ਹਿਰੋਂ ਚੱਲ ਕੇ ਮਠਿਆਈ ਪਹਿਲਾਂ ਲੈਣੇ ਤਾਂ ਦੱਸਿਆ ਜੀ ਮੇਰੇ ਲੋਕ ਤੁਹਾਨੂੰ ਕਿਵੇਂ ਲੱਗਦੀ ਕੱਪੜੇ ਸੂਟ ਜਿਹੜਾ ਮੈਂ ਲਿਆ ਸੀ ਪਿੱਛੇ ਜਿਹਾ ਨਵਾਂ ਉਹ ਪਾਇਆ ਉੱਤੇ ਵਸ ਹੈਗੀ ਏ ਪਾਸਪੋਰਟ ਸ਼ਨੀਲ ਦੀ ਅਤੇ ਹੁਣ ਚੱਲਦੇ ਪਏ ਸਿੱਧੇ ਸਿੱਧੇ ਆਪਣੇ ਸ਼ਹਿਰ ਵੱਲਰ ਦੇਖਿਓ ਜੀ ਹੋਰ ਸਰ ਕੀ ਹਾਲ ਚਾਲ ਜੀ ਸਭ ਖੈਰਾਂ ਖਰੀਦਤਾ ਨੇ ਮਿਠਾਈ ਪਈ ਵਾਧੂ ਪਹੁੰਚਾਏ ਮਠਿਆਈ ਵਾਲੀ ਦੁਕਾਨ ਤੋਂ ਆਪਣੇ ਸ਼ਹਿਰ ਇੱਥੋਂ ਲੈਂਦੇ ਹੁਣ ਦੋ ਡੱਬੇ ਮਠਿਆਈ ਦੇ ਕਿਲੋ ਕਿਲੋ ਵਾਲੇ ਦੋ ਡੱਬੇ ਕਰਦੇ ਰੇਟ ਦੱਸ ਮੈਨੂੰ ਕੀ ਲਾਉਣਾ ਪਹਿਲਾਂ ਨਹੀਂ ਮੈਂ ਲਾਉਣੀ ਫਿਰ 500 ਤੱਕ ਪੈਸਾ ਵੱਧ ਕੋਈ ਨਹੀਂ ਦੇਣਾ ਭਾਵੇਂ ਪਾ ਅਤੇ ਭਾਵੇਂ ਨਾ ਪਾ ਹਾਂ ਮੈਂ ਤੁਹਾਨੂੰ ਦੱਸ ਦਿੱਤਾ ਜੀ ਹੈ ਹੈ ਮਿਠਾਈ ਤੋਂ ਲੈ ਨਹੀਂ ਹੈ ਬੜੀ ਵਾਰ ਲੈ ਗਏ ਕਿੰਨੀ ਵਾਰ ਲੈ ਗਈ ਮਿਠਾਈ ਤਰ੍ਹਾਂ ਦਾ ਹੈ ਚੱਲ ਪਾ ਦੇ ਪਾ ਦੇਗਾ ਹਿੰਮਤ ਮਾਰ ਕੇ ਪਾ ਦੇ ਇਹ ਨਹੀਂ ਇਹ ਬਰਫੀ ਨਹੀਂ ਹੈ ਕੀ ਹੈ ਉਹ ਬਰਫੀ ਦੀ ਅੰਦਰ ਫਾਈਨਲੀ ਵਾਰ ਮਿਠਾਈ ਪੈਕ ਕਰਵਾ ਲਈ ਬਸ ਲੈ ਕੇ ਹੁਣ ਪਹੁੰਚਦੇ ਪਿਆ ਟਾਈਮ ਵੀ ਥੋੜ੍ਹਾ ਰਹਿ ਗਿਆ ਲੈ ਲੈ ਯਾਰ ਪੈਸੇ ਸ਼ਾਪਰ ਡਬਲ ਕਰ ਦੇ ਥੈਂਕ ਯੂ ਬੋਸ ਥੈਂਕ ਯੂ ਇਹ ਸਾਡੇ ਸ਼ਹਿਰ ਦੀ ਆਪਣੇ ਬੰਦਰ ਸ਼ਹਿਰ ਦੀ ਮਿਠਾਈ ਹੈ ਮਾਸ਼ਾ ਅੱਲਾਹ ਟਾਂਗੇ ਤਾਂ ਨਿਕਲ ਗਏ ਹਾਰ ਵੀ ਹੋ ਗਏ ਅਤੇ ਮਿਠਿਆਈ ਵੀ ਹੋ ਗਈ ਲੈ ਹੁਣ ਨਿਕਲਦੇ ਪਏ ਹਾਂ ਸਿੱਧੇ ਆਪਣੇ ਚਾਚੇ ਦੇ ਘਰ ਜਿੱਥੇ ਸ਼ਾਦੀ ਹੈ ਮੇਰਾ ਇੰਤਜ਼ਾਰ ਪਏ ਕਰਦੇ ਨੇ ਰਸਤੇ 'ਚ ਖੜ੍ਹੇ ਹੋਏ ਚਾਚੇ ਜਿਹੜੇ ਮੇਰੇ ਨਾਲ ਮਗਰ ਹੋਇਆ ਨਾ ਮੈਂ ਅੱਗੇ ਅੱਗੇ ਆ ਗਿਆ ਸੀ ਮੈਂ ਮਠਿਆਈ ਲੈਣੀ ਹੈ ਉਹ ਮੈਨੂੰ ਹੁਣ ਫੋਨ ਪੇ ਕਰਦੇ ਨੇ ਜਲਦੀ ਆ ਜਾ ਅਸੀਂ ਤੇਰਾ ਇੰਤਜ਼ਾਰ ਕਰਨ ਦਿਆਂ ਮੈਂ ਕਿਹਾ ਆਇਆ 5 ਮਿੰਟ 'ਚ ਬਣ ਗਈ ਹੈਗਾ ਹੁਣ ਆਪੇ ਸਲਾਮੀਆਂ ਵਗੈਰਾ ਪੈ ਗਈਆਂ ਨੇ ਹੁਣ ਬਸ ਜਾਂਦੇ ਹਾਂ ਮਸਜਿਦ 'ਚ ਸਲਾਮ ਕਰਾਉਣ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਸ਼ਾਰਟ ਹੋਇਆ ਕਿਉਂਕਿ ਔਰਤਾਂ ਆਉਂਦੀਆਂ ਨੇ ਵਿੱਚ ਇਸ ਵਾਸਤੇ ਥੋੜ੍ਹਾ ਜਿਹਾ ਸ਼ਾਰਟ ਹੀ ਖਾਸ ਸਲਾਮੀਆਂ ਪੈਂਦੇ ਇਸੇ ਤਰੀਕੇ ਨਾਲ ਸਾਰੀਆਂ ਪੈਂਦੀਆਂ ਗੱਡੀ ਲੈਂਦੇ ਹਾਂ ਹੁਣ ਤਾਂ ਚੱਲਦੇ ਹਾਂ ਸਲਾਮੀਆਂ ਆ ਮਸਜਿਦ ਸਲਾਮ ਚਲੋ ਜੀ ਆਓ ਚਲੋ ਚੰਦ ਚਲੋ ਮੈਨੂੰ ਬਣਾ ਚ ਰੁਕ ਜਾ ਮੈਂ ਉੱਥੇ ਵੀਡੀਓ ਬਣਾਉਣੀ ਜਦ ਗੁਲਾਬ ਦੀ ਸ਼ਹਿਰ ਹੋਵੇ ਚਲੋ ਸਾਹ ਜੀ ਹੁਣ ਚੱਲੇ ਮਸਜਿਦ ਚ ਮਾਸ਼ਾਅੱਲਾ ਕਰਾਂਗੇ ਚੱਲ ਕੇ ਸਲਾਮ ਤੇ ਫਿਰ ਉੱਥੋਂ ਗਾਂ
روانہ ہوواں گے برات لے کے چلو جی پہنچے ہیں مسجد چ آیا دو نفل پڑھ لانا تو السلام علیکم جی پیالہ پاک سکھ دینا تیرا بہری سا دماغ دے تو ماشاء اللہ پانڈ دعاواں دینا جا رہے فائنلی ویر ماشاء اللہ تیاری ہو گئی برات کی کار اجے بے ترتیبیاں کھڑیاں نے اس واسطے میں سین نے سا لینا پیا اجے وہ دھولے والی کار پیچھے پہ ساڈی آ گئی ہے بس باقی دیکھتے ہیں تھوڑا جہا مطلب ترتیب چ ہوندیاں نا پھر لائن سیدھی کرنے ہیں انہوں کی بھی پھر تم سین چیک کروانے ہیں جڑے رہا جی اج کی ویڈیو کے نال اج کی ویڈیو بڑے انٹرسٹڈ ہونے والے سے پورا مطلب سین اٹھانے کے تمہیں کی ساڈا ماحول ہے والصلاة والسلام على أشرف الأنبياء والمرسلين أما بعد فأعوذ بالله من الشيطان الرجيم بسم الله الرحمن الرحيم يا أيها الذين آمنوا اتقوا الله حق تقاته ولا تموتن إلا وأنتم مسلمون قال الله تبارك وتعالى في مقام آخر يا أيها الناس اتقوا ربكم الذي خلقكم من نفس واحدة وخلق منها زوجها وبث منهما رجالا كثيرا ونساء
ਕਾ ਤੋਂ ਬਾਅਦ ਵਾਲਾ ਜਣਾ ਨਾ ਇਹ ਕਿਨ ਬੋਲਦੇ ਨੇ ਮੁਬਾਰਕੀ ਕੀ ਚੀਜ਼ ਉਹ ਤੁਹਾਨੂੰ ਜੀ ਗਿਫਟ ਤੋਂ ਸਾਰਿਆਂ ਨੂੰ ਮਿਲ ਗਿਆ ਇੱਕ ਇੱਕ ਡੱਬੀ ਸਭ ਨੂੰ ਲਈ ਬੈਠਿਆ ਤਾਂ ਵਿੱਚ ਇਹਦੇ ਵਿੱਚ ਕੀ ਚੀਜ਼ ਉਹ ਤੁਹਾਨੂੰ ਖਾਈ ਅੱਜ ਇੱਕ ਛੁਹਾਰਾ ਕਾਫੀਆਂ ਬਦਾਮਾਂ ਦੀਆਂ ਗਿਰੀਆਂ ਨਾਲ ਕਿਉਂ ਮਸ਼ਕੋਰਾ ਕੀ ਕਹਿੰਦੇ ਨੇ ਖਾਣਾ ਆ ਗਿਆ ਨਮਕੀਨ ਚਾਵਲ ਨੇ ਮਿੱਠੇ ਚਾਵਲ ਨੇ ਨਾਲ ਮੁਰਗੇ ਦਾ ਗੋਸ਼ਤ ਖਾਂਦੇ ਹੋ ਤਾਂ ਉਹ ਨਹੀਂ ਤੇ ਫਿਰ ਅਸੀਂ ਤੇ ਖਾਂਦੇ ਪਏ ਫਾਈਨਲੀ ਵੀਰ ਮਾਸ਼ਾਅੱਲਾ ਬਰਾਤ ਤੋਂ ਤਾਂ ਆ ਕੇ ਤੇ ਵਾਪਸ ਪਹੁੰਚੇ ਘਰ ਤੇ ਹੁਣ ਨਾ ਦੋਨੋਂ ਹੁਣ ਘਰ ਲਿਆਂਦੀ ਹੈ ਤੇ ਹੁਣ ਵਾਪਸੀ ਅਸੀਂ ਆਪਣੇ ਘਰ ਵਾਪਸੀ ਜਾਂਦੇ ਪਏ ਹਾਂ ਬਸ ਨਿਕਲਦੇ ਪਏ ਹਾਂ ਹੁਣ ਸਿੱਧੇ ਪਹੁੰਚਾਂਗੇ ਘਰ ਫਿਰ ਘਰ ਚੱਲ ਕੇ ਮਿਲਦੇ ਹਾਂ।